ਚੰਡੀਗੜ੍ਹ ਦੇ ਸੈਕਟਰ 7 'ਚ ਇੱਕ ਕਲੱਬ 'ਚ ਨਵੇਂ ਸਾਲ ਨੂੰ ਲੈ ਕੇ ਪਾਰਟੀ ਚੱਲ ਰਹੀ ਸੀ ਕਿ ਅਚਾਨਕ ਕਲੱਬ ਅੰਦਰ ਰੋਲਾ ਪੈ ਜਾਂਦਾ ਹੈ। ਹਫੜਾ ਦਫੜੀ ਵਾਲਾ ਮਾਹੌਲ ਬਣ ਜਾਂਦਾ ਹੈ। ਕੁਝ ਨੌਜਵਾਨ ਲੜਕੇ ਲੜਕੀਆਂ 'ਚ ਗੁੱਸਾ ਇਸ ਕਦਰ ਆ ਜਾਂਦਾ ਹੈ ਕਿ ਕਲੱਬ ਦੇ ਸਟਾਫ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ। ਇੰਨਾ ਹੀ ਨਹੀਂ, ਮਹਿਲਾ ਸਟਾਫ ਨੂੰ ਵੀ ਨਹੀਂ ਬਖਸ਼ਿਆ ਗਿਆ। ਉਹਨਾਂ ਨਾਲ ਵੀ ਧੱਕਾ ਮੁੱਕੀ ਕੀਤੀ ਗਈ ਹੈ ਤੇ ਕਲੱਬ ਮੈਨੇਜਰ ਦਾ ਚਾਕੂਆ ਦੇ ਨਾਲ ਹੱਥ ਵੜ ਦਿੱਤਾ ਜਾਂਦਾ ਹੈ। ਤਸਵੀਰਾਂ 'ਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਤੋੜਫੋੜ ਕਰ ਰਹੇ ਨੇ। ਕਲੱਬ ਦੇ ਮਾਲਕ ਆਕਾਸ਼ ਨੇ ਦੱਸਿਆ ਕਿ ਉਹਨਾਂ ਦਾ ਸਟਾਫ ਸ਼ਾਮੀ 4 ਵਜੇ ਰੋਜ਼ਾਨਾ ਦੀ ਤਰ੍ਹਾਂ ਕਾਊਂਟਰ ਤੇ ਕੰਮ ਕਰ ਰਿਹਾ ਸੀ ਤੇ ਅਚਾਨਕ ਸਾਹਮਣੇ ਕਲੱਬ ਦਾ ਵੋਲਟ ਕਲੱਬ ਦੇ ਬਾਹਰ ਲੜਾਈ ਹੁੰਦੀ ਹੈ, ਜਿਸ ਤੋਂ ਬਾਅਦ ਅਣਪਛਾਤੇ ਨੌਜਵਾਨਾਂ ਨੇ ਉਹਨਾਂ ਦੇ ਕਲੱਬ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਰੋਕਣ ਲਈ ਜਦੋਂ ਉਹ ਗਏ ਤਾਂ ਉਹਨਾਂ ਦੇ ਸਟਾਫ ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਾਰਾਂ ਨੇ ਉਹਨਾਂ ਦੀ ਸਟੋਰ ਮੈਨੇਜਰ ਦੇ ਨਾਲ ਨਾਲ 3 ਮਹਿਲਾ ਕਰਮੀਆਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ। ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਦੇ ਸਟਾਫ ਤੇ ਵੀ ਹਮਲਾ ਹੋਇਆ। ਹਮਲਾਵਾਰਾਂ ਨੇ ਉਹਨਾਂ ਦੀ ਸਟੋਰ ਮੈਨੇਜਰ ਦੇ ਨਾਲ ਨਾਲ 3 ਮਹਿਲਾ ਕਰਮਚਾਰੀਆਂ ਨਾਲ ਵੀ ਕੁੱਟਮਾਰ ਕੀਤੀ ਹੈ। ਮਹਿਲਾ ਕਰਮੀਆਂ ਦਾ ਗਲਾ ਪਕੜਿਆ ਵਾ, ਖਿੱਚੋ ਤਾਣ ਕੀਤੀ ਗਈ ਉਹਨਾਂ ਦੇ ਨਾਲ। ਜਦੋਂ ਨੌਜਵਾਨਾਂ ਦਾ ਗੁੱਸਾ ਸ਼ਾਂਤ ਕਰਵਾਉਣ ਲਈ ਮੈਨੇਜਰ ਰਾਜ ਪਹੁੰਚਿਆ ਤਾਂ ਨੌਜਵਾਨਾਂ ਨੇ ਗੁੱਸੇ ਵਿੱਚ ਆ ਕੇ ਉਸਦੇ ਹੱਥ ਤੇ ਚਾਕੂਆਂ ਨਾਲ ਵਾਰ ਕਰ ਦਿੱਤਾ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਚੰਡੀਗੜ੍ਹ ਦੇ ਸੈਕਟਰ 7 'ਚ ਇੱਕ ਕਲੱਬ 'ਚ ਨਵੇਂ ਸਾਲ ਨੂੰ ਲੈ ਕੇ ਪਾਰਟੀ ਚੱਲ ਰਹੀ ਸੀ ਕਿ ਅਚਾਨਕ ਕਲੱਬ ਅੰਦਰ ਰੋਲਾ ਪੈ ਜਾਂਦਾ ਹੈ। ਹਫੜਾ ਦਫੜੀ ਵਾਲਾ ਮਾਹੌਲ ਬਣ ਜਾਂਦਾ ਹੈ। ਕੁਝ ਨੌਜਵਾਨ ਲੜਕੇ ਲੜਕੀਆਂ 'ਚ ਗੁੱਸਾ ਇਸ ਕਦਰ ਆ ਜਾਂਦਾ ਹੈ ਕਿ ਕਲੱਬ ਦੇ ਸਟਾਫ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ। ਇੰਨਾ ਹੀ ਨਹੀਂ, ਮਹਿਲਾ ਸਟਾਫ ਨੂੰ ਵੀ ਨਹੀਂ ਬਖਸ਼ਿਆ ਗਿਆ। ਉਹਨਾਂ ਨਾਲ ਵੀ ਧੱਕਾ ਮੁੱਕੀ ਕੀਤੀ ਗਈ ਹੈ ਤੇ ਕਲੱਬ ਮੈਨੇਜਰ ਦਾ ਚਾਕੂਆ ਦੇ ਨਾਲ ਹੱਥ ਵੜ ਦਿੱਤਾ ਜਾਂਦਾ ਹੈ। ਤਸਵੀਰਾਂ 'ਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਤੋੜਫੋੜ ਕਰ ਰਹੇ ਨੇ। ਕਲੱਬ ਦੇ ਮਾਲਕ ਆਕਾਸ਼ ਨੇ ਦੱਸਿਆ ਕਿ ਉਹਨਾਂ ਦਾ ਸਟਾਫ ਸ਼ਾਮੀ 4 ਵਜੇ ਰੋਜ਼ਾਨਾ ਦੀ ਤਰ੍ਹਾਂ ਕਾਊਂਟਰ ਤੇ ਕੰਮ ਕਰ ਰਿਹਾ ਸੀ ਤੇ ਅਚਾਨਕ ਸਾਹਮਣੇ ਕਲੱਬ ਦਾ ਵੋਲਟ ਕਲੱਬ ਦੇ ਬਾਹਰ ਲੜਾਈ ਹੁੰਦੀ ਹੈ, ਜਿਸ ਤੋਂ ਬਾਅਦ ਅਣਪਛਾਤੇ ਨੌਜਵਾਨਾਂ ਨੇ ਉਹਨਾਂ ਦੇ ਕਲੱਬ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਰੋਕਣ ਲਈ ਜਦੋਂ ਉਹ ਗਏ ਤਾਂ ਉਹਨਾਂ ਦੇ ਸਟਾਫ ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਾਰਾਂ ਨੇ ਉਹਨਾਂ ਦੀ ਸਟੋਰ ਮੈਨੇਜਰ ਦੇ ਨਾਲ ਨਾਲ 3 ਮਹਿਲਾ ਕਰਮੀਆਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ। ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਦੇ ਸਟਾਫ ਤੇ ਵੀ ਹਮਲਾ ਹੋਇਆ। ਹਮਲਾਵਾਰਾਂ ਨੇ ਉਹਨਾਂ ਦੀ ਸਟੋਰ ਮੈਨੇਜਰ ਦੇ ਨਾਲ ਨਾਲ 3 ਮਹਿਲਾ ਕਰਮਚਾਰੀਆਂ ਨਾਲ ਵੀ ਕੁੱਟਮਾਰ ਕੀਤੀ ਹੈ। ਮਹਿਲਾ ਕਰਮੀਆਂ ਦਾ ਗਲਾ ਪਕੜਿਆ ਵਾ, ਖਿੱਚੋ ਤਾਣ ਕੀਤੀ ਗਈ ਉਹਨਾਂ ਦੇ ਨਾਲ। ਜਦੋਂ ਨੌਜਵਾਨਾਂ ਦਾ ਗੁੱਸਾ ਸ਼ਾਂਤ ਕਰਵਾਉਣ ਲਈ ਮੈਨੇਜਰ ਰਾਜ ਪਹੁੰਚਿਆ ਤਾਂ ਨੌਜਵਾਨਾਂ ਨੇ ਗੁੱਸੇ ਵਿੱਚ ਆ ਕੇ ਉਸਦੇ ਹੱਥ ਤੇ ਚਾਕੂਆਂ ਨਾਲ ਵਾਰ ਕਰ ਦਿੱਤਾ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।